ਡੈਡੀ ਮੇਰਾ ਇੱਕ ਹੋਰ ਕੁੜੀ ਦੇ ਨਾਲ ਟਾਂਕਾ ਪੜ ਗਿਆ ਟਾਂਕੇ ਹੀ ਭੇੜੀ ਕਦੇ ਸਿੱਧੀ ਸਲਾਈ ਨਾ ਮਾਰੀ ਕੁੜੀ ਵੀ ਬੰਬ ਹੈ ਹੋਰ ਦੋਸਤੋ ਕੀ ਹਾਲ ਚਾਲ ਤੋਂ ਦੋਸਤੋ ਪੰਜਾਬੀ ਮੂਵੀ ਕੈਰੀ ਔਨ ਜੱਟਾ ਥੇਰੀ ਰਿਲੀਜ਼ ਹੋ ਚੁੱਕੀ ਹੈ ਔਰ ਇਸਕਾ ਰਿਸਪੋਂਸ ਪਬਲਿਕ ਕੀ ਤਰਫ ਸੇ ਤਾਬੜ ਤੋੜ ਰਿਸਪੋਂਸ ਆ ਰਿਹਾ ਦੋਸਤੋ ਮਤਲਬ ਕਿ ਇੰਨੀ ਖਤਰਨਾਕ ਵਾਲੀ ਕਾਮੇਡੀ ਨਾ ਆਪਕਾ ਪੇਟ ਦੁਖਣ ਲੱਗ ਜਾਏਗਾ ਇਸਕੋ ਦੇਖਤੇ ਦੇਖੇ ਆਪ ਲੋਟ ਪੋਟ ਜਾਓਗੇ ਦੋਸਤੋ ਆਪ ਸਹੀ ਬਤਾ ਰਹਾ ਹੂੰ ਮੈਂ ਜੋ ਇਸਕੀ ਓਪਨਿੰਗ ਥੀ ਦੋਸਤੋ ਵਨ ਡੇ ਕੀ 11 ਕਰੋੜ ਕੀ ਥੀ ਔਰ ਇਸ ਵਿਦੇਸ਼ ਮੇ ਇਸਨੇ 11 ਕਰੋੜ ਕਮਾਈ ਹੈ 4 ਦਿਨੋਂ ਕੇ ਅੰਦਰ ਔਰ ਜੋ ਇਸਕਾ 4 ਦਿਨੋਂ ਕਾ ਟੋਟਲ ਕਲੈਕਸ਼ਨ ਹੋ ਚੁੱਕਾ ਹੈ ਵੋ 35 ਕਰੋੜ ਯਾਨੀ 35 ਸੇ ਪਲੱਸ ਜਾ ਰਿਹਾ ਹੈ ਸੰਡੇ ਕਾ ਜੋ ਹਮਾਰੇ ਬਠਿੰਡਾ ਕੇ ਅੰਦਰ ਮਿੱਤਰ ਮੋਲ ਸਿਟੀ ਕੇ ਅੰਦਰ ਫੁੱਲ ਸ਼ੋਅ ਚੱਲ ਰਿਹਾ ਹੈ ਬਿਲਕੁਲ ਵਹਾਂ ਪਰ ਰੈੱਡ ਅਲਰਟ ਹੋ ਗਿਆ ਹੈ ਮਤਲਬ ਕਿ ਸ਼ੀਲਡ ਜੋ ਟਿਕਟ ਹੈ ਉਹ ਸੋਲਡ ਹੋ ਚੁੱਕੀ ਹੈ ਸਾਰੀ ਔਰ ਆਪਕੋ ਇਸਮੇ ਲੀਡ ਰੋਲ ਮੇ ਦਿਖ ਜਾਏਂਗੇ ਗਿੱਪੀ ਗਰੇਵਾਲ ਔਰ ਸੋਨਮ ਬਾਜਵਾ ਦੋਸਤੋ ਇਸ ਮੂਵੀ ਨੇ ਪੰਜਾਬੀ ਇੰਡਸਟਰੀ ਮੈਂ ਇੱਕ ਇਤਿਹਾਸ ਰਚ ਦਿਆ ਕਿਉਂਕਿ ਜਹਾਂ ਪਰ ਬਾਲੀਵੁੱਡ ਕੀ ਮੂਵੀ ਫਲੋਪ ਹੋ ਜਾ ਰਹੀ ਹੈ ਵਹਾਂ ਪਰ ਇਸਨੇ ਪਹਿਲੇ ਹੀ ਦਿਨ 11 ਕਰੋੜ ਕੀ ਓਪਨਿੰਗ ਲਈ ਔਰ ਇਸਕਾ ਬਜਟ ਹੈ ਦੋਸਤੋ 10 ਕਰੋੜ ਪਹਿਲੇ ਹੀ ਦਿਨ ਮੈਂ ਆਪਣਾ ਬਜਟ ਰਿਕਵਰ ਕਰ ਲਿਆ ਔਰ ਇਹ ਦੋਸਤੋ ਬਲੋਕਬਾਸਟਰ ਹੋ ਚੁੱਕੀ ਹੈ ਔਰ ਇਸਕੋ ਆਲ ਇੰਡੀਆ ਓਵਰ ਯਾਨੀ ਬਾਹਰ ਔਰ ਕੁਛ ਵਰਲਡ ਵਾਈਡ ਕੀ ਬਾਤ ਕਰ ਲੇ ਤਾਂ ਦੋਸਤੋ ਇਸਕੋ 550 ਸਕਰੀਨ ਮਿਲੀ ਹੈ ਔਰ 550 ਸਕਰੀਨ ਕੇ ਮੁਤਾਬਿਕ 35 ਕਰੋੜ ਦੋਸਤੋ ਬਹੁਤ ਜ਼ਿਆਦਾ ਹੋਤੇ ਹੈ ਦੋਸਤੋ ਅਗਰ ਇਹ 100 ਕਰੋੜ ਕੀ ਕਮਾਈ ਕਰ ਲੇ ਆਲ ਓਵਰ ਇੰਡੀਆ ਯਾਨੀ ਪੰਜਾਬ ਮੈਂ ਦੋਸਤੋ ਇਤਿਹਾਸ ਰੱਖ ਦੇਗੀ ਕਿ ਪਹਿਲੀ ਮੂਵੀ ਬਣੇਗੀ ਜਿਸਨੇ 100 ਕਰੋੜ ਕਮਾਇਆ ਦੋਸਤੋ ਇੱਕ ਹਫ਼ਤੇ ਕੇ ਅੰਦਰ ਕਿਆ ਪਤਾ ਕਰ ਸਕਤੀ ਹੈ ਦੋਸਤੋ ਬਾਕੀ ਆਪਣੀ ਫੈਮਲੀ ਦੇ ਸਾਥ ਜਾਓ ਦੋਸਤੋ ਮਜ਼ੇ ਕਰੋ ਖਤਰਨਾਕ ਵਾਲੀ ਮੂਵੀ ਹੈ ਕਾਮੇਡੀ ਇੱਕਦਮ ਖਤਰਨਾਕ ਲੈਵਲ ਹੈ ਆਪਕੋ ਮਜ਼ਾ ਆਏਗਾ ਦੋਸਤੋ ਪੈਸਾ ਵਸੂਲ ਮੈਂ ਕਿਹਾ ਡਬਲ ਪੈਸਾ ਵਸੂਲ ਹੈ ਦੋਸਤੋ ਇਹ ਮੂਵੀ ਆਪ ਦੇਖਣੇ ਜਾਓ ਔਰ ਵੀ ਰਿਵਿਊ ਦੇਖਣੇ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕਰੇ।